ਉਹ ਤਾਂ ਪਹਿਲਾਂ ਹੀ ਖੁਸ਼ ਹੋ ਗਿਆ, ਗਾਉਣ ਤੋਂ ਪਹਿਲਾਂ ਪੈਸੇ ਸੁੱਟ ਗਿਆ। ਇਹ ਟਾਈਮ ਇਹੋ ਜਿਹਾ ਹੁੰਦਾ। ਇਹ ਗੱਲ ਤੇ ਹਰ ਕੋਈ ਜਾਣਦਾ, ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ, ਸਾਥ ਛੱਡ ਕੇ ਹੀਰ ਸਹੇਲੀਆਂ ਦਾ। ਇੱਕ ਦਿਨ ਅਸਾਂ ਪਰਦੇਸੀਆਂ ਵੀ ਤੁਰ ਜਾਣਾ ਬੂਹਾ ਮਾਰ ਕੇ ਇਹਨਾਂ ਹਵੇਲੀਆਂ ਦਾ। ਸੋ ਕੋਈ ਨਾ ਕੋਈ ਬਹਾਨਾ ਜ਼ਿੰਦਗੀ ਦੇ ਵਿੱਚ ਇੱਦਾਂ ਇਕੱਠੇ ਹੋਣ ਦਾ ਬਣਦਾ। ਸ਼ਹੀਦ ਭਗਤ ਸਿੰਘ ਕਲੱਬ ਵੱਲੋਂ 10 ਸਾਲਾਂ ਬਾਅਦ ਇਸੇ ਗਰਾਊਂਡ ਦੇ ਵਿੱਚ ਗੁਰੂ ਨਾਨਕ ਸਿੱਖ ਸਕੂਲ ਬਣਿਆ ਅਤੇ ਉਦੋਂ ਮੈਂ ਪਰਫੋਰਮ ਕੀਤਾ ਕਾਫੀ ਲੰਬੇ ਸਮੇਂ ਬਾਅਦ ਤੁਹਾਡੇ ਰੂਬਰੂ ਹੋ ਰਿਹਾ। ਸੋ ਬਹੁਤ ਬਹੁਤ ਮੁਬਾਰਕਬਾਦ ਮੇਲੇ ਦੇ ਦਿਨਾਂ 'ਤੇ ਉੱਥੇ ਆਪਦੀ ਚੜ੍ਹਦੀ ਕਲਾ ਦੀ ਕਾਮਨਾ ਪ੍ਰਵਾਤ ਮੰਗੇ ਕਰਦਾ, ਕਿਉਂਕਿ ਕਲੱਬ ਦਾ ਨਾਮ ਸ਼ਹੀਦ ਭਗਤ ਸਿੰਘ, ਜੇ ਪੰਜਾਬ ਜਾਣਿਆ ਜਾਂਦਾ ਤਾਂ ਕੁਰਬਾਨੀਆਂ ਸਦਕਾ, ਜੇ ਸਾਡੀ ਕੌਮ ਜਾਣੀ ਜਾਂਦੀ ਹੈ ਤਾਂ ਉਹ ਵੀ ਕੁਰਬਾਨੀਆਂ ਸਦਕਾ। ਸਿੱਖ ਇਤਿਹਾਸ ਦੀ ਇੱਕ ਵੱਖਰੀ ਪਹਿਚਾਣ ਹੈ, ਪੰਜਾਬੀਆਂ ਦੀ ਵੱਖਰੀ ਪਹਿਚਾਣ ਹੈ। ਸੋ ਦੋਨਾਂ ਨਾਲ ਨਾਲ ਸ਼ਹੀਦਾਂ ਦੇ ਲਈ ਜਿਨ੍ਹਾਂ ਨੇ ਆਪਣੇ ਨਿੱਜੀ ਕਿੱਤਾ ਨੂੰ ਤਿਆਗ ਕੇ ਲੋਕਾਂ ਨੂੰ ਆਜ਼ਾਦੀ ਦਵਾਈ, ਪਰ ਅੱਜ ਦਾ ਮੁਲਕ ਇਹ ਹੋ ਗਿਆ ਕਿ ਉਦੋਂ ਵੀ ਭੈੜੇ ਹਾਲਾਤਾਂ 'ਚੋਂ ਗੁਜ਼ਰ ਰਹੇ। ਚਲੋ 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 ਚਲੋ